ਫਰੈਂਡਸ, ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਦੱਸੂੰਗੀ ਕਿ ਟਰੱਕ ਦਾ ਲਾਇਸੈਂਸ ਕਿਵੇਂ ਲੈਣਾ, ਜਿਹਨੂੰ ਅਸੀਂ ਕਹਿੰਦੇ ਹਾਂ ਕਲਾਸ 1 ਲਾਇਸੈਂਸ ਇਨ ਨੋਵਾ ਸਕੋਸ਼ੀਆ। ਸੋ ਪਹਿਲਾਂ ਜਿਵੇਂ ਤੁਹਾਨੂੰ ਮੈਂ ਇੰਗਲਿਸ਼ ਦੇ ਵਿੱਚ ਵੀਡੀਓ ਬਣਾਈ ਸੀ, ਇਹ ਵਾਲੀ ਵੀਡੀਓ ਹੁਣ ਅਸੀਂ ਪੰਜਾਬੀ ਦੇ ਵਿੱਚ ਕੰਪਲੀਟਲੀ ਬਣਾਵਾਂਗੇ। ਜੇ ਤੁਹਾਨੂੰ ਨਹੀਂ ਸਮਝ ਲੱਗੀ ਪੰਜਾਬੀ, ਪਲੀਜ਼ ਮੇਰੀ ਇੰਗਲਿਸ਼ ਵਾਲੀ ਵੀਡੀਓ ਨੂੰ ਦੇਖ ਲਿਓ। ਅਤੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਮੈਂ ਤੁਹਾਨੂੰ ਦੱਸਣਾ, ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਅਪਡੇਟ ਦੇ ਦਾਂ। ਕੱਲ੍ਹ ਬਾਰੇ ਮੈਂ ਗਈ ਸੀਗੀ ਯੂਟਿਊਬ ਕ੍ਰੀਏਟਰ ਮੀਟਅਪ 'ਤੇ, ਅਤੇ ਮੈਨੂੰ ਬਹੁਤ ਵਧੀਆ ਲੱਗਾ ਮਿਲ ਕੇ ਸਾਰਿਆਂ ਨੂੰ, ਅਤੇ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਲੋਕਾਂ ਨੂੰ ਮਿਲ ਕੇ। ਅਤੇ ਜੇ ਤੁਸੀਂ ਵੀ ਘਰ ਬੈਠੇ ਰਹਿੰਦੇ ਹੋ ਮੇਰੇ ਵਾਂਗੂ ਇਸ ਬੋਰਿੰਗ ਕਮਰੇ ਦੇ ਵਿੱਚ ਜਿਵੇਂ ਮੈਂ ਬੈਠੀ ਰਹਿੰਦੀ ਹਾਂ, ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਵੀ ਬਾਹਰ ਨਿਕਲੋ, ਲੋਕਾਂ ਨੂੰ ਘੁਲੋ ਮਿਲੋ, ਦੇਖੋ ਗੱਲਬਾਤ ਕਰੋ, ਅਤੇ ਹੈ ਨਾ, ਫਿਰ ਇੱਦਾਂ ਹੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਛ। ਮੈਂ ਆਈਸ ਲਾਈਕ ਟੂ ਇਚ ਆਮ ਯੂਜ਼ਿੰਗ ਟੂ ਮੱਚ ਕੰਪਿਊਟਰ ਸੋ ਮਾਈ ਆਈਸ ਹਰਟਿੰਗ ਐਨੀਵੇ ਦਿਸ ਇਜ਼ ਨੋਟ ਦ ਪੁਆਇੰਟ। ਤਾਂ ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਕਲਾਸ 5 ਦਾ ਲਾਇਸੈਂਸ ਚਾਹੀਦਾ, ਜਿਹੜਾ ਕਿ ਗੱਡੀ ਦਾ ਲਾਇਸੈਂਸ ਹੁੰਦਾ, ਕਲਾਸ 5 ਰੈਗੂਲਰ ਡਰਾਈਵਰ ਲਾਇਸੈਂਸ। ਸਰ, ਜੇ ਤੁਹਾਨੂੰ ਇਹ ਨਹੀਂ ਪਤਾ ਕਿਵੇਂ ਲੈਣਾ ਆ, ਤੁਸੀਂ ਇੰਗਲਿਸ਼ ਵਾਲੀ ਵੀਡੀਓ ਨਹੀਂ ਦੇਖਣਾ ਚਾਹੁੰਦੇ, ਆਪਾਂ ਇਹਦੇ ਵਿੱਚ ਸਾਰੀ ਗੱਲ ਦੁਬਾਰਾ ਦੱਸ ਦਾਂਗੇ। ਅਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਮੇਨ ਰਿਕੁਆਇਰਮੈਂਟ ਕੀ ਆ ਟਰੱਕ ਦੇ ਲਈ, ਤੁਹਾਡੀ ਏਜ ਜਿਹੜੀ ਹੈ 19 ਈਅਰਸ ਹੋਣੀ ਚਾਹੀਦੀ ਆ, ਤੁਹਾਨੂੰ 1 ਈਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਗੱਡੀ ਨਾਲ, ਜਿਹੜਾ ਕਿ ਕਲਾਸ 5 ਦਾ ਰੈਗੂਲਰ ਡਰਾਈਵਰ ਲਾਇਸੈਂਸ ਲੈਣ ਤੋਂ ਬਾਅਦ ਤੁਹਾਨੂੰ ਐਟਲੀਸਟ 1 ਈਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਉਸ ਤੋਂ ਬਾਅਦ ਤੁਸੀਂ ਆਪਣਾ ਮੈਡੀਕਲ ਕਰਵਾਉਣਾ ਆ ਟਰੱਕ ਦੇ ਲਾਇਸੈਂਸ ਲਈ, ਤੁਸੀਂ ਆਪਣੀ ਅੱਖਾਂ ਦਾ ਟੈਸਟ ਕਰਵਾਉਣਾ ਆ, ਅਤੇ ਉਸ ਤੋਂ ਬਾਅਦ ਤੁਸੀਂ ਕਲਾਸ 1 ਦਾ ਜਿਹੜਾ ਰਿਟਨ ਟੈਸਟ ਆ ਟਰੱਕ ਵਾਸਤੇ ਤੁਸੀਂ ਉਹ ਦੇਣਾ ਆ, ਅਤੇ ਉਸ ਤੋਂ ਬਾਅਦ ਤੁਸੀਂ ਰੋਡ ਟੈਸਟ ਦੇਣਾ ਆ। ਅਤੇ ਰੋਡ ਟੈਸਟ ਦੇ ਵਿੱਚ ਵੀ 3 ਚੀਜ਼ਾਂ ਹੁੰਦੀਆਂ, ਉਹ ਤੁਹਾਨੂੰ ਮੈਂ ਐਂਡ 'ਤੇ ਦੱਸ ਦੂੰਗੀ, ਪਰ ਆਪਾਂ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਕਲਾਸ 1 ਦਾ ਲਾਇਸੈਂਸ ਮਿਲ ਜੂਗਾ, ਬੇਸਿਕਲੀ ਮੇਨ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਉਹ ਇਹੀ ਆ ਕਿ ਤੁਸੀਂ ਕਲਾਸ 5 ਦੇ ਗੱਡੀ ਦੇ ਲਾਇਸੈਂਸ ਲੈਣ ਤੋਂ ਬਾਅਦ ਤੁਹਾਨੂੰ ਐਟਲੀਸਟ 1 ਈਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਅਤੇ ਇਹ ਤੁਹਾਡੀ ਏਜ 19 ਹੋਣੀ ਚਾਹੀਦੀ, ਤੁਹਾਡੀ ਮੈਡੀਕਲ ਰਿਪੋਰਟ ਵਧੀਆ ਹੋਣੀ ਚਾਹੀਦੀ ਆ, ਅੱਖਾਂ ਦਾ ਵਧੀਆ ਹੋਣਾ ਟੈਸਟ, ਤੁਹਾਡੀ ਅੱਖਾਂ ਦੀ ਸਾਈਟ ਵਧੀਆ ਹੋਣੀ ਚਾਹੀਦੀ, ਜੇ ਤੁਹਾਡੀ ਸਾਈਟ ਨਹੀਂ ਵਧੀਆ ਤੁਸੀਂ ਆਪਣੀ, ਜੇ ਤੁਹਾਡੇ ਵਧੀਆ ਗਲਾਸਿਸ ਲੱਗੀਆਂ ਨੇ ਪ੍ਰੋਪਰ, ਹੈ ਨਾ, ਅਤੇ ਤਾਂ ਵੀ ਕੋਈ ਗੱਲ ਨਹੀਂ। ਅਤੇ ਮੇਰਾ ਕਜ਼ਨ ਵੀ ਗੱਡੀ ਚਲਾਉਂਦਾ ਹੈ, ਉਹਦੀ ਵੀ ਐਨਕਾਂ ਲੱਗੀਆਂ, ਸਪੈਕਸ ਲੱਗੀਆਂ, ਸੋ ਤੁਸੀਂ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਜੇ ਤੁਹਾਡੇ ਸਪੈਕਸ ਲੱਗੀਆਂ ਤਾਂ ਵੀ ਤੁਸੀਂ ਚਲਾ ਸਕਦੇ ਹੋ ਟਰੱਕ। ਅਤੇ ਫਿਰ ਆਪਾਂ ਗੱਲ ਕਰਦੇ ਹਾਂ ਗੱਡੀ ਦਾ ਲਾਇਸੈਂਸ ਕਿਵੇਂ ਲੈਣਾ, ਕਲਾਸ 5 ਜਿਹੜਾ ਹੈਗਾ ਇੱਥੇ ਗੱਡੀ ਦਾ ਲਾਇਸੈਂਸ ਆ, ਅਤੇ ਉਹਦੇ ਵਿੱਚ ਵੀ ਆਪਾਂ 2 ਕੈਟਾਗਰੀਜ਼ ਦੇ ਵਿੱਚ ਵੰਡਾਂਗੇ ਗੱਲ ਨੂੰ। ਪਹਿਲੇ ਦੇ ਵਿੱਚ ਕੀ ਹੈ, ਜੇ ਤੁਹਾਡੇ ਕੋਲ ਪਹਿਲਾਂ ਹੀ ਇੰਡੀਆ ਜਾਂ ਪਾਕਿਸਤਾਨ ਤੋਂ ਲਾਇਸੈਂਸ ਹੈਗਾ ਆ, ਦੈਟਸ ਲਾਈਕ ਅਮੇਜ਼ਿੰਗ, ਕਿਉਂਕਿ ਜਦੋਂ ਤੁਸੀਂ ਇੱਥੇ ਆਉਂਦੇ ਹੋ, ਹੈ ਨਾ, ਤੁਸੀਂ ਆਉਂਦੇ ਹੀ ਕੀ ਕਰੋਗੇ, ਰਿਟਨ ਟੈਸਟ ਦਿਓ, ਉਹਦੇ ਲਈ ਤੁਹਾਨੂੰ ਕਲਾਸ 7 ਦਾ ਲਾਇਸੈਂਸ ਪਹਿਲਾਂ ਲੈਣਾ ਚਾਹੀਦਾ ਪਊਗਾ, ਜਿਹਨੂੰ ਕਹਿੰਦੇ ਲਰਨਰਸ ਲਾਇਸੈਂਸ। ਉਹਦੇ ਵਿੱਚ ਤੁਸੀਂ ਕੀ ਹੁੰਦਾ, ਰਿਟਨ ਟੈਸਟ ਦਿੰਦੇ ਹੋ, ਉਹਦੇ ਵਿੱਚ ਕੀ ਹੁੰਦਾ, ਤੁਸੀਂ 20 ਤੁਹਾਡੇ ਸਾਈਨਸ ਹੁੰਦੇ ਆ, 20 ਤੁਹਾਡੇ ਰੂਲਸ ਹੁੰਦੇ ਆ, 40 ਸਵਾਲ ਹੁੰਦੇ ਆ ਬੇਸਿਕਲੀ, ਪਰ ਇੱਕ ਪਹਿਲੇ ਪਾਰਟ ਦੇ ਵਿੱਚ ਜਿਵੇਂ ਸਾਈਨ ਹੋ ਗਏ ਜਾਂ ਦੂਸਰੇ 'ਚ ਸਾਈਨ ਹੋ ਗਏ, ਇੱਕ 'ਚ ਸਾਈਨ ਹੁੰਦੇ ਆ, ਇੱਕ 'ਚ ਰੂਲ ਹੁੰਦੇ ਆ, ਤੁਹਾਨੂੰ ਐਟਲੀਸਟ 16 ਸਵਾਲ ਦੇ ਸਹੀ ਜਵਾਬ ਦੇਣਾ ਪੈਂਦਾ। ਜੇ ਮਲਟੀਪਲ ਚੋਇਸ ਕੁਐਸਚਨ ਹੁੰਦੇ ਆ, ਤੁਸੀਂ ਕੁਛ ਲਿਖਣਾ ਨਹੀਂ, ਬਸ ਸਿਰਫ ਚੂਜ਼ ਹੀ ਕਰਨਾ ਹੈ ਰਾਈਟ ਕੁਐਸਚਨ, ਰਾਈਟ ਆਨਸਰ, ਅਤੇ ਤੁਹਾਡੇ 16 ਸਵਾਲ ਸਹੀ ਹੋਣੇ ਚਾਹੀਦੇ ਦੋਨਾਂ ਦੇ ਵਿੱਚੋਂ। ਜੇ ਤੁਹਾਡੇ ਇੱਕ 'ਚੋਂ ਮੰਨ ਲਓ ਤੁਸੀਂ 15 ਸਵਾਲ ਸਹੀ ਕਰ ਲਏ ਅਤੇ ਇੱਕ 'ਚੋਂ ਤੁਸੀਂ 16 ਸਵਾਲ ਸਹੀ ਕਰ ਲਏ, ਦੈਟ ਮੀਨਸ ਤੁਸੀਂ ਇੱਕ 'ਚੋਂ ਫੇਲ ਹੋ ਗਏ, ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਪੇ ਕਰੋ ਫੀਸ ਅਤੇ ਤੁਸੀਂ ਦੁਬਾਰਾ ਜਿਹੜਾ ਹੈਗਾ ਰਿਟਨ ਟੈਸਟ ਕਲੀਅਰ ਕਰ ਲੈਂਦੇ ਹੋ। ਅਤੇ ਰਿਟਨ ਟੈਸਟ ਤੋਂ ਪਹਿਲਾਂ ਆਪਾਂ ਕਿਉਂ ਦੇ ਰਹੇ ਹਾਂ ਇੱਥੇ, ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ, ਰਿਟਨ ਟੈਸਟ ਆਪਾਂ ਕਲਾਸ 7 ਲਰਨਰਸ ਲਾਇਸੈਂਸ ਲੈਣ ਲਈ ਦੇ ਰਹੇ ਹਾਂ। ਜਦੋਂ ਆਪਾਂ ਕਲਾਸ 5 ਦਾ ਗੱਡੀ ਦਾ ਲਾਇਸੈਂਸ ਲੈਣਾ, ਉਹਦੇ ਵਿੱਚ ਸਭ ਤੋਂ ਪਹਿਲਾਂ ਕਲਾਸ 7 ਦਾ ਲਾਇਸੈਂਸ ਲੈਣਾ ਪੈਂਦਾ, ਜਿਹਦੇ ਵਿੱਚ ਉਹਦੀਆਂ ਰਿਕੁਆਇਰਮੈਂਟਸ ਕੀ ਹੁੰਦੀਆਂ, ਤੁਹਾਨੂੰ 2 ਪੀਸ ਆਈਡੀ ਚਾਹੀਦੀ ਹੈ, ਜਿਹਦੇ ਤੁਹਾਡੀ ਫੋਟੋ ਲੱਗੀ ਹੋਵੇ, ਇੱਕ ਤੁਹਾਡੀ ਪਾਸਪੋਰਟ ਹੋ ਸਕਦੀ ਹੈ, ਇੱਕ ਤੁਹਾਡੀ ਨੋਵਾ ਸਕੋਸ਼ੀਆ ਆਈਡੀ ਹੋ ਸਕਦੀ ਹੈ, ਜਿਹੜੀ ਤੁਹਾਡੀ ਇੱਥੇ ਆ ਕੇ ਨਾਲ ਦੀ ਨਾਲ ਬਣੂਗੀ, ਕਿਉਂਕਿ ਜੇ ਤੁਸੀਂ ਬੈਂਕ 'ਚ ਜਾਓਗੇ ਜਾਂ ਕਿਤੇ ਵੀ ਜਾਓਗੇ, ਸਾਰੇ ਕਿ ਤੁਹਾਡੀ ਆਈਡੀ ਮੰਗਦੇ ਆ, ਉਹ ਤੁਹਾਡੀ ਇੱਥੇ ਹੋਊਗੀ, ਉਹਦੇ ਲਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਉਹਦੇ ਲਈ ਵੀ ਤੁਹਾਨੂੰ ਐਕਸਿਸ ਨੋਵਾ ਸਕੋਸ਼ੀਆ ਹੀ ਜਾਣਾ ਪਊਗਾ, ਸਾਰੇ ਜਿਹੜੇ ਇੱਦਾਂ ਦੇ ਕੰਮਾਂ ਲਈ ਆਪਾਂ ਨੂੰ। ਅਤੇ ਫਿਰ ਆਪਣਾ ਹੋ ਗਿਆ ਕੀ ਆ, ਕਲਾਸ 7 ਦੇ ਲਈ ਆਪਾਂ ਨੂੰ 2 ਰਿਕੁਆਇਰਮੈਂਟਸ ਪੂਰੀਆਂ ਹੋ ਗਈਆਂ, ਉਦੋਂ ਬਾਅਦ ਆਪਾਂ ਐਕਸਿਸ ਨੋਵਾ ਸਕੋਸ਼ੀਆ ਜਾਵਾਂਗੇ, ਆਪਾਂ ਆਪਦੀ $15 ਜਿਹੜੀ ਆ ਫੀਸ ਭਰਾਂਗੇ, ਕਾਹਦੇ ਵਾਸਤੇ, ਰਿਟਨ ਟੈਸਟ ਦੇਣ ਵਾਸਤੇ।
ਉਦੋਂ ਜਦੋਂ ਫੀਸ ਭਰਤੀ ਉਸ ਤੋਂ ਬਾਅਦ ਆਪਣਾ ਅੱਖਾਂ ਦਾ ਟੈਸਟ ਲੈਣਗੇ ਨਾਲ ਦੀ ਨਾਲ ਉੱਥੇ ਹੀ, ਅਤੇ ਜਦੋਂ ਆਪਣਾ ਕਲੀਅਰ ਹੋ ਗਿਆ ਅਤੇ ਜਿਵੇਂ ਵੀ ਆ ਹੈ ਨਾ, ਥੋੜੀ ਐਕਸਪੈਕਟਸ ਲੱਗੀਆਂ ਨਹੀਂ ਲੱਗੀਆਂ, ਥੋੜ੍ਹਾ ਟੈਸਟ ਕਲੀਅਰ ਹੋ ਗਿਆ ਅੱਖਾਂ ਦਾ, ਅਤੇ ਕੋਈ ਇੰਨਾ ਔਖਾ ਨਹੀਂ ਹੁੰਦਾ। ਜਸਟ ਲਾਈਕ ਦੇਖਣਾ ਹੁੰਦਾ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਜਾਂ ਨਹੀਂ, ਅਤੇ ਉਸ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਤੁਹਾਨੂੰ ਜਿਸ ਤਰ੍ਹਾਂ ਉੱਥੇ ਜਿੰਨਾ ਕੁ ਭੀੜ ਹੈਗੀ ਆ ਉਸ ਹਿਸਾਬ ਨਾਲ ਤੁਹਾਨੂੰ ਥੋੜ੍ਹਾ ਟਾਈਮ ਹੋ ਜਾਊਗਾ, ਅਤੇ ਤੁਸੀਂ ਆਪਣਾ ਟੈਸਟ ਦੇ ਦੋਗੇ। ਜੇ ਤੁਸੀਂ ਫੇਲ ਕਰ ਲਿਆ ਇੱਕ 'ਚੋਂ, ਫਿਰ ਤੁਸੀਂ ਕੀ ਆ ਉੱਥੇ ਨਾਲ ਦੀ ਨਾਲ ਉਸੇ ਦਿਨ ਹੀ ਦੁਬਾਰਾ ਫੀਸ ਭਰ ਕੇ ਦੁਬਾਰਾ ਟੈਸਟ ਦੇ ਸਕਦੇ ਹੋ। ਅਤੇ ਜੇ ਤੁਸੀਂ ਇੱਕ 'ਚੋਂ ਫੇਲ ਹੋਏ ਹੋ ਤਾਂ ਤੁਹਾਨੂੰ ਇੱਕ ਹੀ ਉਹੀ ਕੁਸ਼ਚਨ ਜਿਹੜੇ 20 ਕੁਸ਼ਚਨਸ ਦਾ ਦੁਬਾਰਾ ਟੈਸਟ ਦੇਣਾ ਪਊਗਾ ਤੁਹਾਨੂੰ। ਦੋਨਾਂ 20 ਜੇ ਤੁਸੀਂ ਇੱਕ 'ਚੋਂ ਫੇਲ ਹੋਏ ਤਾਂ ਤੁਹਾਨੂੰ ਇੱਕ ਦਾ ਹੀ ਪੇਪਰ ਦੁਬਾਰਾ ਦੇਣਾ ਪਊਗਾ, ਤੁਹਾਨੂੰ ਦੋਨਾਂ ਹੀ ਪਾਰਟਸ ਦਾ ਜਿਹੜਾ ਹੈਗਾ ਪੇਪਰ ਨਹੀਂ ਦੇਣਾ ਪੈਣਾ, ਪਰ ਤੁਹਾਨੂੰ ਫੀਸ ਉਨੀ ਭਰਨੀ ਪੈਣੀ $15। ਅਤੇ ਜੇ ਤੁਸੀਂ ਪਾਸ ਕਰ ਲਿਆ ਪਰਫੈਕਟ, ਫਿਰ ਉੱਥੇ ਐਕਸਸ ਨੋਵਾ ਸਕੋਸ਼ੀਆ ਦੇ ਵਿੱਚ ਹੀ ਦੂਜੀ ਲਾਈਨ 'ਚ ਚਲੇ ਜਾਓ। ਉੱਥੇ ਕੀ ਆ, ਤੁਹਾਨੂੰ ਇਸ਼ੂ ਕਰਨਗੇ ਤੁਹਾਡਾ ਲਾਇਸੈਂਸ, ਜਿਹੜਾ ਤੁਸੀਂ ਐਕਸਕਿਊਜ਼ ਮੀ ਕਲਾਸ 7 ਦਾ ਜਿਹੜਾ ਲਰਨਰਸ ਡਰਾਈਵਰ ਲਾਇਸੈਂਸ ਆ, ਉੱਥੇ ਤੁਸੀਂ ਜਿਹੜਾ ਤੁਹਾਨੂੰ ਇਸ਼ੂ ਕਰਨਗੇ ਫੋਟੋ, ਜਿਵੇਂ ਜਿਸ ਤਰ੍ਹਾਂ ਦੀ ਆਪਣਾ ਲਾਇਸੈਂਸ ਹੁੰਦਾ ਉੱਦਾਂ ਦਾ ਹੀ ਲਰਨਰ ਲਾਇਸੈਂਸ ਹੁੰਦਾ, ਉੱਥੇ ਵੀ ਤੁਹਾਡੀ ਫੋਟੋ ਲੈਣਗੇ ਅਤੇ ਤੁਹਾਨੂੰ ਲਾਇਸੈਂਸ ਜਿਹੜਾ ਨਾਲ ਦੀ ਨਾਲ ਬਣਾ ਕੇ ਦੇ ਦੇਣਗੇ। ਪਰ ਜੇ ਉਹਨਾਂ ਕੋਲ ਜ਼ਿਆਦਾ ਭੀੜ ਹੋਈ ਤਾਂ ਮੇ ਵੀ ਤੁਹਾਨੂੰ 14 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਲਾਇਸੈਂਸ ਤੁਹਾਨੂੰ ਘਰ ਵੀ ਮੇਲ ਕਰ ਦੇਣਗੇ ਜੇ ਤੁਹਾਨੂੰ ਉੱਥੇ ਨਾਲ ਦੀ ਨਾਲ ਨਹੀਂ ਦਿੰਦੇ। ਮੇਰੇ ਕੇਸ ਦੇ ਵਿੱਚ ਮੈਨੂੰ ਨਾਲ ਦੀ ਨਾਲ ਦੇਤਾ ਸੀ, ਪਰ 14 ਦਿਨਾਂ ਦਾ ਪ੍ਰੋਸੈਸ ਹੁੰਦਾ ਉਹਦਾ, ਅਤੇ ਉਹਦੇ ਲਈ ਤੁਹਾਡੀ ਫੀਸ ਹੁੰਦੀ ਆ $25, ਅਤੇ ਅਰਾਊਂਡ $25 $10 ਇੱਦਾਂ ਦਾ ਕੁਛ ਹੁੰਦਾ। ਅਤੇ ਫਿਰ ਤੁਸੀਂ ਇਸ਼ੂ, ਉਹਨੂੰ ਕਹਿੰਦੇ ਆ ਲਾਇਸੈਂਸ ਇਸ਼ੂ ਫੀਸ, ਅਤੇ ਉਹਦੇ ਲਈ ਤੁਸੀਂ ਕੀ ਆ ਆਪਣਾ $25 ਦਿਓ, ਤੁਹਾਨੂੰ ਤੁਹਾਡੀ ਫੋਟੋ ਲੈਣਗੇ ਅਤੇ ਤੁਹਾਨੂੰ ਲਾਇਸੈਂਸ ਦੇ ਦੇਣਗੇ ਜਾਂ ਤੁਹਾਡੇ ਘਰ ਭੇਜ ਦੇਣਗੇ। ਇਹ ਹੋ ਗਿਆ ਆਪਣਾ ਕਲਾਸ 7 ਦਾ, ਹੈ ਨਾ। ਹੁਣ ਆਪਾਂ ਪਹਿਲਾਂ ਗੱਲ ਕਰਾਂਗੇ ਜੇ ਤੁਹਾਡੇ ਕੋਲ ਪਹਿਲਾਂ ਹੀ ਐਕਸਪੀਰੀਅੰਸ ਹੈਗਾ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਤੁਹਾਡੇ ਕੋਲ ਪਹਿਲਾਂ ਹੀ ਲਾਇਸੈਂਸ ਬਣਿਆ ਹੋਇਆ ਤੁਹਾਡਾ, ਤੁਸੀਂ ਇੱਥੇ ਆਉਂਦੇ ਹੋ, ਤੁਸੀਂ ਕਲਾਸ 7 ਦਾ ਟੈਸਟ ਦਿੱਤਾ, ਸਾਰਾ ਕੁਛ ਇਹਦੇ ਵਿੱਚੋਂ ਕਲਾਸ 7 ਦਾ ਲਾਇਸੈਂਸ ਲਿਆ, ਤੁਸੀਂ ਨਾਲ ਦੀ ਨਾਲ ਲੈ ਲਿਆ, ਜਦੋਂ ਨਾਲ ਦੀ ਨਾਲ ਉੱਥੇ ਤੁਸੀਂ ਤੀਸਰੀ ਫੀਸ ਵੀ ਭਰ ਦੋਗੇ ਜਿਹੜੀ $53 ਆ। ਤੁਸੀਂ ਘਰ ਆ ਕੇ ਵੀ ਔਨਲਾਈਨ ਵੀ ਪੇ ਕਰ ਸਕਦੇ ਹੋ, ਜਿਹੜੀ ਕਿ ਰੋਡ ਟੈਸਟ ਲਈ ਆ, ਕਲਾਸ 5 ਦੇ ਟੈਸਟ ਲਈ। ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ ਇੰਡੀਆ ਜਾਂ ਪਾਕਿਸਤਾਨ ਤੋਂ ਡਰਾਈਵ ਕਰਨ ਦਾ, ਕਿਤੋਂ ਵੀ ਮੰਨ ਲਓ, ਜਿੱਥੋਂ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਮੈਨੂੰ ਤਾਂ ਪਤਾ ਨਹੀਂ ਕਿੱਥੋਂ ਦੇਖ ਰਹੇ ਹੋ, ਜਿੱਥੋਂ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਪੰਜਾਬੀ ਤੁਹਾਨੂੰ ਸਮਝ ਆਉਂਦੀ ਹੈ, ਤੁਸੀਂ ਨੋਵਾ ਸਕੋਸ਼ੀਆ 'ਚ ਆ ਰਹੇ ਹੋ, ਤੁਹਾਡੇ ਕੋਲ ਲਾਇਸੈਂਸ ਹੈਗਾ ਆ, ਤੁਸੀਂ ਇੱਥੇ ਆਏ, ਤੁਹਾਡੇ ਕੋਲ ਫੁੱਲ ਲਾਇਸੈਂਸ ਹੈਗਾ। ਫੁੱਲ ਲਾਇਸੈਂਸ ਮੈਂ ਇਹਨਾਂ ਨੂੰ ਫੋਨ ਕਰਕੇ ਵੀ ਪੁੱਛਿਆ ਸੀ ਵੀ ਆਫਿਸ 'ਚ, ਅਤੇ ਉਹ ਕਹਿੰਦੇ ਵੀ ਫੁੱਲ ਲਾਇਸੈਂਸ ਹੋਣਾ ਚਾਹੀਦਾ, ਨਿਊਲੀ ਡਰਾਈਵਰ ਨਹੀਂ ਹੋਣਾ ਚਾਹੀਦਾ। ਪਰ ਇੱਕ ਮੇਰੇ ਫਰੈਂਡ ਨੇ ਮੈਨੂੰ ਦੱਸਿਆ ਕਿ ਉਹ ਮਤਲਬ ਉੱਥੋਂ ਲਾਇਸੈਂਸ ਬਣਾ ਕੇ ਇੱਥੇ ਆਇਆ, ਅਤੇ ਉਹਨੇ ਨਾਲ ਦੀ ਨਾਲ ਜਿਹੜਾ ਹੈਗਾ ਆਪਣਾ ਕਲਾਸ 7 ਦਾ ਲਾਇਸੈਂਸ ਬਣਾ ਲਿਆ, ਰਿਟਨ ਟੈਸਟ ਦੇ ਕੇ ਉਸ ਤੋਂ ਬਾਅਦ ਉਹਨੇ ਰੋਡ ਟੈਸਟ ਬੁੱਕ ਕਰ ਲਿਆ। ਉਹ ਤੁਹਾਨੂੰ ਮੈਂ ਦੱਸਿਆ ਫੀਸ ਭਰ ਦਿਓ $53, ਅਤੇ ਉਸ ਤੋਂ ਬਾਅਦ ਤੁਸੀਂ ਉਹ ਤੁਹਾਨੂੰ ਨੰਬਰ ਵਗੈਰਾ ਦੱਸ ਦੇਣਗੇ ਵੀ ਕਿੱਥੇ ਫੋਨ ਕਰਕੇ, ਜਾਂ ਤੁਹਾਡਾ ਮਤਲਬ ਹੈਲਪ ਕਰ ਦੇਣਗੇ ਕਿਵੇਂ ਉਹ ਬੁੱਕ ਕਰਨਾ ਆ ਟੈਸਟ, ਉੱਥੇ ਤੁਹਾਨੂੰ ਹੈਲਪ ਵੀ ਕਰ ਦੇਣਗੇ ਉਹਦੀ। ਅਤੇ ਤੁਸੀਂ ਉੱਥੋਂ ਆਪਣਾ ਰੋਡ ਟੈਸਟ ਬੁੱਕ ਕਰ ਦਿਓ, ਤੁਹਾਡੇ ਕੋਲ ਲਾਇਸੈਂਸ, ਤੁਹਾਨੂੰ ਡਰਾਈਵਿੰਗ ਆਉਂਦੀ ਆ, ਤੁਸੀਂ ਆਪਣਾ ਰੋਡ ਟੈਸਟ ਬੁੱਕ ਕਰ ਦਿਓ, ਤੁਹਾਡਾ ਰੋਡ ਟੈਸਟ ਪਾਸ ਹੋ ਗਿਆ, ਤੁਹਾਨੂੰ ਜਿਹੜਾ ਕਲਾਸ 5 ਦਾ ਸਿੱਧਾ ਤੁਹਾਨੂੰ ਲਾਇਸੈਂਸ ਫੁੱਲ ਲਾਇਸੈਂਸ ਮਿਲ ਜੂਗਾ। ਉਦੋਂ ਬਾਅਦ ਤੁਸੀਂ 1 ਈਅਰ ਦਾ ਵੇਟ ਕਰੋਗੇ, ਠੀਕ ਹੈ। ਉਦੋਂ ਬਾਅਦ ਤੁਸੀਂ ਆਪਣਾ ਕਲਾਸ 1 ਦਾ ਜਿਹੜਾ ਹੈਗਾ ਲਾਇਸੈਂਸ ਲਈ ਅਪਲਾਈ ਕਰ ਦੋਗੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਉਹਦਾ ਕਲਾਸ 1 ਦਾ ਰਿਟਨ ਟੈਸਟ ਦੋਗੇ। ਉਸ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਕਲਾਸ 1 ਦਾ ਲਾਇਸੈਂਸ ਲਈ ਰਿਟਨ ਟੈਸਟ ਦੋਗੇ, ਮੈਡੀਕਲ ਰਿਪੋਰਟ ਚਾਹੀਦੀ ਹੈ ਤੁਹਾਡੀ, ਹੈ ਨਾ, ਆਪਟੀਕਲ ਰਿਪੋਰਟ ਚਾਹੀਦੀ ਹੈ ਤੁਹਾਡੀ, ਤੁਹਾਡਾ ਮੈਡੀਕਲ ਚਾਹੀਦਾ, ਤੁਹਾਡੀ ਅੱਖਾਂ ਦਾ ਰਿਪੋਰਟ ਚਾਹੀਦੀ ਆ, ਅਤੇ ਹੈ ਨਾ, ਉਹਦੀ ਜਿਹੜੀ ਆ ਫੀਸ ਭਰ ਦਿਓ ਆਪਣੀ ਕਲਾਸ 1 ਦੇ, ਜਿਹੜਾ ਹੈਗਾ ਫੀਸ ਹੁੰਦੀ ਆ ਰਿਟਨ ਟੈਸਟ ਦੀ। ਅਤੇ ਉਦੋਂ ਬਾਅਦ ਤੁਹਾਡੀ ਦੂਸਰੀ ਜਿਹੜੀ ਕਲਾਸ 1 ਦੇ ਲਾਇਸੈਂਸ ਇਸ਼ੂ ਕਰਨ ਲਈ ਜਿਹੜੀ ਉਹਦੀ ਫੀਸ ਹੋਊਗੀ ਉਹ ਭਰ ਦਿਓ, ਅਤੇ ਉਹ ਤੁਹਾਡਾ ਹੋ ਜੂਗਾ। ਕਲਾਸ 1 ਦੀ ਜਿਹੜੀ ਫੀ ਲਾਇਸੈਂਸ ਹੁੰਦਾ ਆ ਉਹਦੇ ਵਿੱਚ 3 ਸਟੇਜਸ ਹੁੰਦੀਆਂ, ਕਹਿੰਦੇ ਇਹ ਪਹਿਲੀ ਹੁੰਦੀ ਆ PTI, ਜਿਹਨੂੰ ਕਹਿੰਦੇ ਆ ਪ੍ਰੀ ਟ੍ਰਿਪ ਇੰਸਪੈਕਸ਼ਨ, ਜਿਹਦੇ ਵਿੱਚ ਤੁਸੀਂ ਟਰੱਕ ਦੀ ਸਾਰੀ ਪੂਰੀ ਇੰਸਪੈਕਸ਼ਨ ਕਰਦੇ ਹੋ ਅੰਦਰੋਂ ਬਾਹਰੋਂ, ਕੋਈ ਪ੍ਰੋਬਲਮ ਤਾਂ ਨਹੀਂ ਚਲਾਉਣ ਤੋਂ ਪਹਿਲਾਂ, ਅਤੇ ਟਾਇਰ ਟੂਰ ਵਗੈਰਾ ਚੈੱਕ ਕਰਦੇ ਹੋ, ਬ੍ਰੇਕ ਵਗੈਰਾ ਚੈੱਕ ਕਰਦੇ ਹੋ, ਜੋ ਵੀ ਇੰਸਪੈਕਸ਼ਨ ਲਈ ਤੁਹਾਨੂੰ ਸਿਖਾਉਂਦੇ ਆ। ਮੈਂ ਕਦੇ ਟੈਸਟ ਨਹੀਂ ਦਿੱਤਾ ਪਰ ਮੈਨੂੰ ਪਤਾ ਹੈ ਇਹ ਚੀਜ਼, ਇੱਥੋਂ ਨੂੰ ਉੱਥੋਂ ਨੂੰ ਸਾਰੀ ਇਹ ਟ੍ਰੇਨਿੰਗ ਲਾਉਂਗੇ ਤੁਸੀਂ, ਤੁਹਾਨੂੰ ਸਾਰਾ ਸਿਖਾਉਣਗੇ। ਅਤੇ ਦੂਸਰਾ ਜਿਹੜਾ ਸਟੈਪ ਹੈਗਾ, ਪਹਿਲੇ ਹੋ ਗਈ PTI, ਦੂਸਰਾ ਹੈਗਾ ਤੁਹਾਨੂੰ ਉਹ ਰੋਡ ਟੈਸਟ ਥੋੜ੍ਹਾ ਲੈਣ, ਉਸ ਤੋਂ ਬਾਅਦ ਤੁਹਾਨੂੰ ਰੋਡ 'ਤੇ ਦੇਖਣਗੇ ਤੁਹਾਡੀ ਕਿੱਦਾਂ ਦੀ ਤੁਸੀਂ ਡਰਾਈਵਿੰਗ ਅਬਿਲਿਟੀ ਦਾ, ਤੁਸੀਂ ਚਲਾ ਸਕਦੇ ਹੋ ਜਾਂ ਨਹੀਂ ਟਰੱਕ, ਜਾਂ ਨਹੀਂ ਚਲਾ ਸਕਦੇ, ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਐਂਡ 'ਤੇ ਤੁਹਾਨੂੰ ਕਹਿਣਗੇ ਵੀ ਮਤਲਬ ਬੈਕ ਕਰਕੇ ਦਿਖਾਓ, ਹੈ ਨਾ, ਟਰੱਕ ਨੂੰ ਇੱਦਾਂ ਵਗੈਰਾ।
ਤੇ ਇਹ ਤੁਹਾਡਾ ਟੈਸਟ ਹੁੰਦਾ ਜੇ ਤੁਸੀਂ ਉਹਨਾਂ ਨੂੰ ਲੱਗਾ ਵੀ ਤੁਸੀਂ ਚਲਾ ਸਕਦੇ ਹੋ ਵੈਲ ਐਂਡ ਗੁੱਡ ਫਿਰ ਤੁਹਾਨੂੰ ਉਹ ਟੈਸਟ ਜਿਹੜਾ ਤੁਹਾਡਾ ਕਲਾਸ 1 ਦਾ ਲਾਇਸੈਂਸ ਦੇ ਦੇਣਗੇ ਜੇ ਤੁਸੀਂ ਨਹੀਂ ਵੀ ਕਲੀਅਰ ਕੀਤਾ ਦੈਟਸ ਫਾਈਨ ਤੁਸੀਂ ਫਿਰ ਦੁਬਾਰਾ ਦੇ ਦਿਓ ਸਿੱਖ ਕੇ ਥੋੜ੍ਹਾ ਜਿਹਾ ਹੈ ਨਾ ਅਤੇ ਜੇ ਹੁਣ ਆਪਣਾ ਦੂਸਰਾ ਸਟੇਜ ਆ ਗਈ ਹੁਣ ਇਹ ਤਾਂ ਹੋ ਗਿਆ ਆਪਣਾ ਜੋ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਆਲਰੇਡੀ ਹੈਗਾ ਆ ਕੈਨੇਡਾ ਨੋਵਾ ਸਕੋਸ਼ਾ ਆਉਣ ਤੋਂ ਪਹਿਲਾਂ ਤੁਹਾਨੂੰ ਕਿੰਨਾ ਜਲਦੀ ਲਾਇਸੈਂਸ ਮਿਲ ਜੂਗਾ ਹੁਣ ਤੁਸੀਂ ਹੁਣ ਜਿਹੜਾ ਸੈਕਿੰਡ ਪਾਰਟ ਇਸ ਵੀਡੀਓ ਦਾ ਹੈਗਾ ਉਹਦੇ 'ਚ ਮੈਂ ਇਹ ਵੀ ਨਾਲ ਨਾਲ ਦੱਸ ਦੇਣਾ ਚਾਹੁੰਦੀ ਹਾਂ ਵੀ ਜੇ ਤੁਸੀਂ ਇੱਥੇ ਆ ਗਏ ਤੁਹਾਡੇ ਕੋਲ ਲਾਇਸੈਂਸ ਹੈ ਨਹੀਂ ਕੈਨੇਡਾ 'ਚ ਆ ਗਏ ਤੁਸੀਂ ਮੇ ਵੀ ਨੋਵਾ ਸਕੋਸ਼ਾ 'ਚ ਇਸ ਟਾਈਮ ਦੇਖ ਰਹੇ ਹੋ ਮੇਰੀ ਵੀਡੀਓ ਮੇ ਵੀ ਤੁਸੀਂ ਇੱਥੇ ਆ ਕੇ ਮੇਰੀ ਵੀਡੀਓ ਦੇਖ ਰਹੇ ਹੋ ਹੈ ਨਾ ਤੁਸੀਂ ਮੇ ਵੀ ਤੁਸੀਂ ਇੱਥੇ ਮੂਵ ਹੋਣਾ ਚਾਹੁੰਦੇ ਆ ਤੁਸੀਂ ਸਿੱਖਣਾ ਚਾਹੁੰਦੇ ਆ ਵੀ ਕਿਤੇ ਕਲਾਸ 1 ਦਾ ਲਾਇਸੈਂਸ ਕਿੱਦਾਂ ਲੈਣਾ ਮੇ ਵੀ ਤੁਸੀਂ ਨਿਊਲੀ ਡਰਾਈਵਰ ਹੋ ਹੈ ਨਾ ਅਤੇ ਤੁਹਾਨੂੰ ਉਹ ਵੀ ਦੱਸ ਦਿੰਦੀ ਹਾਂ ਸਭ ਤੋਂ ਪਹਿਲਾਂ ਮੰਨ ਲਓ ਤੁਸੀਂ ਇੱਥੇ ਆ ਗਏ ਤੁਹਾਡੇ ਕੋਲ ਲਾਇਸੈਂਸ ਜਿਹੜਾ ਹੈਗਾ ਹੈ ਨਹੀਂ ਗਾ ਲਾਇਸੈਂਸ ਕੋਈ ਵੀ ਡਰਾਈਵਿੰਗ ਕੋਈ ਐਕਸਪੀਰੀਅੰਸ ਨਹੀਂ ਹੈਗਾ ਡਰਾਈਵਿੰਗ ਨਾਲ ਜਿਵੇਂ ਮੇਰਾ ਸੀਗਾ ਮੈਂ ਆਈ ਸੀਗੀ ਪਰ ਮੈਂ ਓਬਵੀਅਸਲੀ ਮੇਰੇ ਕੋਲ ਕਲਾਸ 1 ਦਾ ਲਾਇਸੈਂਸ ਨਹੀਂ ਹੈਗਾ ਪਰ ਮੈਨੂੰ ਸਾਰੀ ਇਨਫੋਰਮੇਸ਼ਨ ਹੈਗੀ ਇਹਦੇ ਬਾਰੇ ਸੋ ਕਲਾਸ ਜਦੋਂ ਤੁਸੀਂ ਕੋਈ ਲਾਇਸੈਂਸ ਨਹੀਂ ਹੈਗਾ ਤੁਸੀਂ ਇੱਥੇ ਆ ਕੇ ਆਪਣਾ ਕਲਾਸ 7 ਦਾ ਰਿਟਨ ਟੈਸਟ ਦਿਓ ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਹੁਣੇ ਉਹਨੇ ਉਸ ਤਰ੍ਹਾਂ ਤੁਸੀਂ ਕਲਾਸ 7 ਦਾ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਤੁਹਾਨੂੰ 12 ਮੰਥ ਜਾਂ 9 ਮੰਥ ਲਈ ਵੇਟ ਕਰਨੀ ਪਊਗੀ 12 ਮੰਥ ਤੁਹਾਨੂੰ ਵੇਟ ਕਰਨੀ ਪੈਂਦੀ ਆ ਜਿਹਨੇ ਆਪਣੀ ਜਿਹਨੇ ਗੱਡੀ ਕਿਸੇ ਤੋਂ ਸਿੱਖਣੀ ਆ ਮਤਲਬ ਡਰਾਈਵਿੰਗ ਸਕੂਲ ਨਹੀਂ ਜੁਆਇਨ ਕਰਨਾ ਮੇ ਵੀ ਤੁਹਾਡਾ ਕੋਈ ਫਰੈਂਡ ਹੈ ਜਿਹੜਾ ਤੁਹਾਨੂੰ ਗੱਡੀ ਸਿਖਾ ਦੂਗਾ ਉਹਦੇ ਉਸ ਦੇ ਲਈ ਉਸ ਸਾਈਡ ਦੇ ਵਿੱਚ ਤੁਹਾਨੂੰ ਮਤਲਬ ਕਿ 12 ਮੰਥ ਵੇਟ ਕਰਨੀ ਪਊਗੀ ਕਿਉਂਕਿ ਤੁਸੀਂ ਡਰਾਈਵਿੰਗ ਸਕੂਲ ਨਹੀਂ ਜੁਆਇਨ ਕਰ ਰਹੇ ਤੁਹਾਨੂੰ ਕੋਈ ਹੋਰ ਸਿਖਾ ਰਿਹਾ ਤੁਹਾਨੂੰ ਕੋਈ ਮੇ ਵੀ ਤੁਹਾਡਾ ਫਰੈਂਡ ਸਿਖਾ ਰਿਹਾ ਅਤੇ ਤੁਹਾਨੂੰ ਸਕੂਲ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਕਲਾਸ 7 ਦਾ ਲਾਇਸੈਂਸ ਲੈਣ ਤੋਂ ਬਾਅਦ ਤੁਸੀਂ 1 ਈਅਰ 12 ਮੰਥਸ ਤੋਂ ਬਾਅਦ ਤੁਸੀਂ ਆਪਣਾ ਰੋਡ ਟੈਸਟ ਦੇ ਸਕਦੇ ਹੋ ਰੋਡ ਟੈਸਟ ਦੇ ਕੇ ਜਦੋਂ ਤੁਸੀਂ ਕਲੀਅਰ ਕਰ ਲਿਆ ਤਾਂ ਤੁਹਾਨੂੰ ਕਲਾਸ 5N ਦਾ ਲਾਇਸੈਂਸ ਮਿਲੂਗਾ ਜਿਹੜਾ ਕਿ ਨਿਊਲੀ ਡਰਾਈਵਰ ਲਾਇਸੈਂਸ ਆ ਅਤੇ ਜੇ ਤੁਸੀਂ ਡਰਾਈਵਿੰਗ ਸਕੂਲ ਜੁਆਇਨ ਕਰਨਾ ਚਾਹੁੰਦੇ ਹੋ ਤੁਹਾਨੂੰ ਹੈ ਨਹੀਂ ਕੋਈ ਸਿਖਾਉਣ ਵਾਲਾ ਤਾਂ ਤੁਹਾਨੂੰ ਡਰਾਈਵਿੰਗ ਸਕੂਲ 'ਚੋਂ ਜੋ ਤੁਸੀਂ ਕਲਾਸਿਸ ਲਗਾਓਗੇ ਅਤੇ 10 ਘੰਟੇ ਤੁਸੀਂ ਕਲਾਸ 'ਚ ਮਤਲਬ ਕਿ ਥਿਅਰੀ ਕਰਨੀ ਹੁੰਦੀ ਆ ਉਸ ਤੋਂ ਬਾਅਦ ਤੁਹਾਨੂੰ ਪ੍ਰੈਕਟੀਕਲ ਕਰਾਉਂਦੇ ਆ ਫਿਰ ਮੰਨ ਲਓ ਤੁਸੀਂ ਡਰਾਈਵਿੰਗ ਸਿੱਖ ਲਈ ਡਰਾਈਵਿੰਗ ਸਕੂਲ ਤੋਂ ਫਿਰ ਤੁਹਾਨੂੰ ਉੱਥੇ ਵੀ ਇੱਕ ਥੋੜ੍ਹਾ ਟੈਸਟ ਹੋਊਗਾ ਫਿਰ ਤੁਹਾਨੂੰ ਉਹ ਕੀ ਕਰਨਗੇ ਮਤਲਬ ਥੋੜ੍ਹਾ ਟੈਸਟ ਲੈ ਕੇ ਦੇਖਣਗੇ ਡਰਾਈਵਿੰਗ ਸਕੂਲ ਵਾਲੇ ਵੀ ਅਤੇ ਜੇ ਤੁਸੀਂ ਉਹ ਕਲੀਅਰ ਕਰ ਲਿਆ ਫਿਰ ਤੁਹਾਨੂੰ ਸਰਟੀਫਿਕੇਟ ਦੇ ਦੇਣਗੇ ਫਿਰ ਤੁਹਾਨੂੰ ਜੋ ਤੁਹਾਡੇ ਤੁਹਾਨੂੰ ਕੋਚ ਨੇ ਤੁਹਾਡੇ ਕਹਿ ਤਾ ਵੀ ਹਾਂ ਤੁਸੀਂ ਵਧੀਆ ਡਰਾਈਵਿੰਗ ਚਲਾਉਂਦੇ ਹੋ ਤੁਸੀਂ ਉਹਦੇ ਆਪਦੀ ਬੁੱਕ ਕਰ ਲਓ ਟੈਸਟ ਰੋ ਟੈਸਟ ਕਲਾਸ 5N ਲਈ ਅਤੇ ਤੁਸੀਂ ਜਿਹੜਾ ਹੈਗਾ ਟੈਸਟ ਕਲੀਅਰ ਕਰ ਲਓ ਪਹਿਲਾਂ ਸੀਗਾ ਆਪਣਾ 12 ਮਹੀਨੇ 1 ਸਾਲ ਦੂਸਰਾ ਹੋ ਗਿਆ ਆਪਣਾ 9 ਮੰਥ 1 ਸਾਲ ਉਹ ਬੰਦੇ ਨੂੰ ਵੇਟ ਕਰਨੀ ਪਊਗੀ ਜਿਹਨੇ ਆਪਣੇ ਫਰੈਂਡ ਜਾਂ ਕਿਸੇ ਹੋਰ ਤੋਂ ਗੱਡੀ ਸਿੱਖਣੀ ਹੈ ਡਰਾਈਵਿੰਗ ਸਕੂਲ ਨਹੀਂ ਜੁਆਇਨ ਕਰਨਾ ਅਤੇ 9 ਮੰਥ ਉਹਨੂੰ ਵੇਟ ਕਰਨੀ ਪੈਂਦੀ ਹੈ ਰੋਡ ਟੈਸਟ ਦੇਣ ਲਈ ਕਲਾਸ 5N ਦਾ ਜਿਹੜੇ ਮਤਲਬ ਜਿਨ੍ਹਾਂ ਨੇ ਡਰਾਈਵਿੰਗ ਸਕੂਲ 'ਚ ਜਾ ਕੇ ਸਿੱਖਣੀ ਹੈ ਗੱਡੀ ਅਤੇ ਉਸ ਤੋਂ ਬਾਅਦ ਦੋਨਾਂ ਨੇ ਜਦੋਂ ਕਲੀਅਰ ਕਰ ਲਿਆ ਤਾਂ ਕਲਾਸ 5N ਸਟੇਜ ਆ ਜਾਂਦੀ ਆ ਐਨ ਜਿਹੜਾ ਹੈਗਾ ਨਿਊਲੀ ਡਰਾਈਵਰ ਲਾਇਸੈਂਸ ਆ ਉਹ ਰੈਗੂਲਰ ਡਰਾਈਵਰ ਲਾਇਸੈਂਸ ਨਹੀਂ ਉਹਦੇ ਵਿੱਚ ਕੰਡੀਸ਼ਨਸ ਇਹ ਆ ਤੁਸੀਂ 12-5 ਦੇ ਵਿੱਚ ਗੱਡੀ ਨਹੀਂ ਚਲਾ ਸਕਦੇ ਅਤੇ 0 ਟੋਲਰੈਂਸ ਤਾਂ ਹੈਗੀ ਆ ਤੁਸੀਂ ਦਾਰੂ ਪੀ ਕੇ ਗੱਡੀ ਨਹੀਂ ਚਲਾ ਸਕਦੇ ਜਮਾਂ ਵੀ 0% ਉਸ ਤੋਂ ਬਾਅਦ 2 ਸਾਲ ਉਦੋਂ ਬਾਅਦ ਕਲਾਸ 5N ਦਾ ਲਾਇਸੈਂਸ ਲੈਣ ਤੋਂ ਬਾਅਦ ਤੁਹਾਨੂੰ 2 ਸਾਲ ਤੱਕ ਵੇਟ ਕਰਨੀ ਪਊਗੀ ਕਲਾਸ 5R ਲਾਇਸੈਂਸ ਲੈਣ ਲਈ ਹੁਣ ਮੇਰੇ ਕੋਲ ਕਲਾਸ 5N ਆ ਬਟ ਮੈਨੂੰ 2-3 ਮਹੀਨੇ ਹੋ ਗਏ ਆ ਅਤੇ ਜਦੋਂ ਮੈਂ ਜਾਊਂਗੀ ਕਲਾਸ 5R ਲੈਣ ਤੁਹਾਨੂੰ ਮੈਂ ਵੀਡੀਓ ਬਣਾ ਦੂੰਗੀ ਉਹਦੇ 'ਤੇ ਪਰ ਉਹਦੇ ਵਿੱਚ ਕੀ ਆ ਤੁਸੀਂ ਕੁਛ ਨਹੀਂ ਕਰਨਾ ਤੁਸੀਂ ਮੈਂ ਡਰਾਈਵਿੰਗ ਸਕੂਲ ਤੋਂ ਡਰਾਈਵਿੰਗ ਸਿੱਖੀ ਸੀਗੀ ਮੈਨੂੰ ਉਹਨਾਂ ਨੇ ਸਰਟੀਫਿਕੇਟ ਦਿੱਤਾ ਅਤੇ ਇਹਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਨੂੰ ਡਿਫੈਂਸਿਵ ਡਰਾਈਵਿੰਗ ਦੀ ਜਿਹੜੀ ਸਕਿੱਲਸ ਨੂੰ ਪ੍ਰੂਵ ਕਰਨ ਲਈ ਕੋਈ ਸਰਟੀਫਿਕੇਟ ਦੇਣਾ ਪੈਂਦਾ ਅਤੇ ਇਹਦੇ ਵਿੱਚ ਮੇਰੇ ਕੋਲ ਸਰਟੀਫਿਕੇਟ ਹੈਗਾ ਆ ਅਤੇ ਮੈਂ ਹੁਣ ਜਦੋਂ ਜਾਊਂਗੀ ਮੈਨੂੰ ਕੁਛ ਨਹੀਂ ਚਾਹੀਦਾ ਫ੍ਰੀ ਦੇ ਵਿੱਚ 2 ਸਾਲ ਹੋ ਗਏ ਆ ਮੈਨੂੰ ਕਲਾਸ 5N ਲੈਣ ਤੋਂ ਬਾਅਦ ਅਤੇ ਮੈਂ ਹੁਣ ਜਾਊਂਗੀ ਅਤੇ ਮੈਨੂੰ ਉਹ ਐਨ ਰਿਮੂਵ ਕਰ ਦੇਣਗੇ ਆਰ ਐਡ ਕਰ ਦੇਣਗੇ ਤਾਂ ਇਹਨੂੰ ਕਹਿਣਗੇ ਕਲਾਸ 5R ਇਹ ਜਿਹੜਾ ਫੁੱਲ ਲਾਇਸੈਂਸ ਆ ਇੱਕ ਤਰ੍ਹਾਂ ਦਾ ਮੇਰਾ ਇਹਦੇ ਵਿੱਚ ਮੈਨੂੰ 12-5 ਦੇ ਵਿੱਚ ਮੈਂ ਗੱਡੀ ਚਲਾ ਸਕਦੀ ਹਾਂ ਪਰ ਇਹ ਫਿਰ ਵੀ ਰਿਸਟ੍ਰਿਕਟਡ ਆ ਹਜੇ 2 ਸਾਲਾਂ ਬਾਅਦ ਫਿਰ ਰਿਸਟ੍ਰਿਕਟਡ ਰਹੂਗਾ ਉਹ ਕਲਾਸ 5N ਤੋਂ ਬਾਅਦ ਕਲਾਸ 5R ਲੈ ਲਿਆ ਜਦੋਂ ਕਲਾਸ 5R ਲੈ ਲਿਆ ਫਿਰ ਵੀ ਤੁਸੀਂ ਇੱਕ ਤਰ੍ਹਾਂ ਦਾ ਜਿਹੜਾ ਰੈਗੂਲਰ ਡਰਾਈਵਰ ਲਾਇਸੈਂਸ ਆ ਪਰ ਇਹ ਰਿਸਟ੍ਰਿਕਟਡ ਵਾਲਾ ਇਹ ਇਸ ਤੋਂ ਬਾਅਦ ਵੀ ਤੁਹਾਡਾ ਜਿਹੜਾ 1 ਈਅਰ ਕਾਊਂਟ ਹੋਊਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਕਲਾਸ 1 ਦਾ ਲਾਇਸੈਂਸ ਲੈ ਸਕਦੇ ਹੋ ਠੀਕ ਹੈ ਇਹ ਰੈਗੂਲਰ ਡਰਾਈਵਰ ਲਾਇਸੈਂਸ ਹੀ ਕੰਸੀਡਰ ਕੀਤਾ ਜਾਂਦਾ ਆ ਪਰ ਇਹ ਤੁਹਾਡੇ ਪਰਸਨਲੀ ਇਹਦੇ ਵਿੱਚ 2 ਕੰਡੀਸ਼ਨਸ ਹੁੰਦੀਆਂ ਨੇ ਕਿ ਤੁਸੀਂ 0%
ਅਲਕੋਹਲ ਹੋਣੀ ਚਾਹੀਦੀ ਆ, ਜ਼ੀਰੋ ਪਰਸੈਂਟ ਟੋਲਰੈਂਸ ਟੂ ਅਲਕੋਹਲ, ਅਤੇ 2 ਸਾਲ ਤੱਕ ਤੁਸੀਂ ਬਿਲਕੁਲ ਕਲੀਨ ਰੈਕਟ ਦਿਖਾਉਣਾ ਆ। ਦੂਸਰਾ ਜਿਹੜਾ ਪੁਆਇੰਟ ਆ ਕਿ ਤੁਸੀਂ ਕਿਸੇ ਨੂੰ ਸੁਪਰਵਾਈਜ਼ ਨਹੀਂ ਕਰ ਸਕਦੇ, ਜੋ ਤੁਹਾਡੇ ਕੋਲ ਕਲਾਸ 5R ਲਾਇਸੈਂਸ ਆ, ਤੁਸੀਂ ਕਿਸੇ ਨੂੰ ਸੁਪਰਵਾਈਜ਼, ਤੁਸੀਂ ਕਿਸੇ ਨੂੰ ਕੋਚ ਨਹੀਂ ਕਰ ਸਕਦੇ। ਤੁਹਾਨੂੰ ਜੇ ਤੁਹਾਡਾ ਫਰੈਂਡ ਆ ਕੇ ਕਹਿੰਦਾ ਹੈ ਕਿ ਮੈਨੂੰ ਗੱਡੀ ਸਿਖਾ ਦੇ ਪਲੀਜ਼, ਤੇਰੇ ਕੋਲ ਹੁਣ ਕਲਾਸ 5 ਦਾ ਲਾਇਸੈਂਸ ਆ, ਪਰ ਤੂੰ ਕਹਿੰਦੇ, ਤੁਸੀਂ ਕਹੋਗੇ ਕਿ ਹਾਂ ਮੇਰੇ ਕੋਲ ਆਰ ਵਾਲਾ ਆ। ਆਰ ਦੇ ਵਿੱਚ ਕੀ ਹੁੰਦਾ ਹੈ, ਤੁਸੀਂ ਕੋਚ ਨਹੀਂ ਕਰ ਸਕਦੇ। ਜੇ ਤੁਸੀਂ ਕਿਸੇ ਨੇ ਤੁਹਾਨੂੰ ਦੇਖ ਲਿਆ, ਫੜ ਲਿਆ, ਤਾਂ ਫਿਰ ਤੁਹਾਡਾ ਸਸਪੈਂਡ ਵੀ ਕਰ ਸਕਦੇ ਲਾਇਸੈਂਸ, ਤੁਹਾਨੂੰ ਮੇ ਬੀ ਬੈਨ ਵੀ ਕਰ ਸਕਦੇ ਕੁਛ ਟਾਈਮ ਲਈ, ਫਾਈਨ ਵੀ ਹੋ ਸਕਦਾ, ਆਈ ਡੋਂਟ ਨੋ। ਪਰ ਤੁਸੀਂ ਗੱਡੀ ਕਿਸੇ ਨੂੰ ਹੋਰ ਨੂੰ ਸਿਖਾ ਨਹੀਂ ਸਕਦੇ ਜੋ ਤੁਹਾਡੇ ਕੋਲ ਕਲਾਸ 5R ਦਾ ਲਾਇਸੈਂਸ ਹੈ, ਕਲਾਸ 5R, ਠੀਕ ਹੈ। ਉਸ ਤੋਂ ਬਾਅਦ ਕਲਾਸ 5R ਤੋਂ ਬਾਅਦ 2 ਸਾਲ ਵੇਟ ਕਰਕੇ ਤੁਸੀਂ ਫਿਰ ਉਹਨਾਂ ਕੋਲ ਜਾਓਗੇ, ਅਤੇ ਫਿਰ ਤੁਸੀਂ ਆਪਣਾ, ਜੇ ਤੁਹਾਡਾ ਕਲੀਨ ਰੈਕਡ ਆ, ਕੋਈ ਪ੍ਰੋਬਲਮ ਨਹੀਂ ਆਈ ਲਾਇਸੈਂਸ 'ਚ, ਉਸ ਤੋਂ ਬਾਅਦ ਤੁਹਾਨੂੰ ਕਲਾਸ 5 ਦਾ ਲਾਇਸੈਂਸ ਦੇ ਦੇਣਗੇ, ਰੈਗੂਲਰ ਡਰਾਈਵ ਲਾਇਸੈਂਸ। ਸੋ ਤੁਹਾਨੂੰ, ਜੇ ਤੁਸੀਂ ਨਿਊਲੀ ਡਰਾਈਵਰ ਲਾਇਸੈਂਸ ਹੋ, ਤੁਹਾਨੂੰ 5 ਸਾਲ ਵੇਟ ਕਰਨੀ ਪਊਗੀ। ਪਹਿਲਾ ਸਾਲ ਤੁਹਾਨੂੰ ਟੈਸਟ ਦਿੰਦੇ ਕਰਦੇ ਨਿਕਲ ਜੂਗਾ ਕਲਾਸ 5N ਲੈਣ ਲਈ, ਫਿਰ ਤੁਹਾਨੂੰ ਕਲਾਸ 5R ਲੈਣ ਲਈ ਨਿਕਲ ਜੂਗਾ, ਹੈ ਨਾ। ਪਹਿਲਾ ਸਾਲ 3 ਸਾਲ ਹੋ ਗਏ, ਫਿਰ ਤੁਹਾਨੂੰ ਕਲਾਸ 5 ਲੈਣ ਲਈ 2 ਸਾਲ ਹੋਰ ਵੇਟ ਕਰਨੀ ਪਊਗੀ, ਫਿਰ ਤੁਹਾਨੂੰ 1 ਸਾਲ ਹੋਰ ਵੇਟ ਕਰਨੀ ਪਊਗੀ, ਕਿਉਂਕਿ ਐਟਲੀਸਟ ਤੁਹਾਨੂੰ 1 ਈਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਹੈ ਨਾ। ਅਤੇ ਪਰ ਉਹ ਕਲਾਸ 5R ਤੋਂ ਬਾਅਦ ਵੀ ਤੁਸੀਂ ਰੱਖ ਸਕਦੇ। ਟੋਟਲ ਤੁਹਾਨੂੰ 4 ਸਾਲ ਦੀ ਵੇਟ ਕਰਨੀ ਪਊਗੀ ਟਰੱਕ ਚਲਾਉਣ ਲਈ, ਟਰੱਕ ਦਾ ਲਾਇਸੈਂਸ ਕਲੀਅਰ ਕਰਨ ਲਈ, ਹੈ ਨਾ। ਸੋ ਮੇ ਬੀ ਤੁਸੀਂ ਪਹਿਲੀ ਵਾਰ ਨਾ ਕਲੀਅਰ ਕਰੋ, ਹੈ ਨਾ, ਸਾਰੇ ਲੋਕ ਤਾਂ ਨਹੀਂ ਹੁਣ ਪਹਿਲੀ ਵਾਰ ਕਲੀਅਰ ਕਰ ਲੈਂਦੇ, ਟਰੱਕ ਚਲਾਉਣਾ ਵੀ ਔਖਾ ਆ, ਅਤੇ ਫਿਰ ਕੀ ਪਤਾ ਤੁਹਾਨੂੰ 5-6 ਮਹੀਨੇ ਉਹਦੇ 'ਚ ਵੀ ਲੱਗ ਜਾਣ, 4-4.5 ਸਾਲ ਤੁਹਾਨੂੰ ਆਰਾਮ ਨਾਲ ਜਿਹੜਾ ਟਰੱਕ ਦਾ ਲਾਇਸੈਂਸ ਲੈਣ ਲਈ ਲੱਗ ਜਾਣਗੇ। ਜੇ ਤੁਸੀਂ ਇੱਥੋਂ ਆ ਕੇ ਸਾਰਾ ਕੁਛ ਨਵਾਂ ਸ਼ੁਰੂ ਕਰਨਾ ਆ, ਤਾਂ ਆਈ ਵੁੱਡ ਐਡਵਾਈਜ਼ ਯੂ, ਆਈ ਵੁੱਡ ਰੈਕਮੈਂਡ ਕਿ ਤੁਸੀਂ ਆਪਣਾ ਜਿਹੜਾ ਲਾਇਸੈਂਸ ਉੱਥੋਂ ਇੰਡੀਆ ਜਾਂ ਪਾਕਿਸਤਾਨ, ਜਿੱਥੋਂ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਅਤੇ ਨੋਵਾ ਸਕੋਸ਼ੀਆ 'ਚ ਆਉਣਾ ਚਾਹੁੰਦੇ ਹੋ, ਟਰੱਕ ਚਲਾਉਣਾ ਚਾਹੁੰਦੇ ਹੋ, ਪਲੀਜ਼ ਆਪਣਾ ਜਿਹੜਾ ਲਾਇਸੈਂਸ ਬਣਵਾ ਲਓ ਇੱਥੇ ਆਉਣ ਤੋਂ ਪਹਿਲਾਂ, ਤਾਂ ਕਿ ਤੁਹਾਨੂੰ ਇੰਨਾ ਟਾਈਮ ਵੇਟ ਨਾ ਕਰਨੀ ਪਵੇ। ਸੋ ਆਉਂਦੇ ਹੀ ਤੁਸੀਂ ਆਪਣਾ ਜਿਹੜਾ ਲਾਇਸੈਂਸ ਲੈ ਲਓ। ਸੋ ਆਈ ਹੋਪ ਕਿ ਇਹ ਜ਼ਿਆਦਾ ਵੱਡੀ ਵੀਡੀਓ ਨਹੀਂ ਹੋਈ, ਅਤੇ ਆਈ ਟਰਾਈ ਟੂ ਪੁੱਟ ਐਜ਼ ਮਚ ਐਜ਼ ਇਨਫੋਰਮੇਸ਼ਨ ਆਈ ਕੈਨ, ਸੋ ਕਿ ਤੁਹਾਨੂੰ ਕੋਈ ਵੀ ਕੁਐਸਚਨ ਨਾ ਹੋਵੇ। ਜੇ ਤੁਹਾਨੂੰ ਕੋਈ ਵੀ ਕੁਐਸਚਨ ਹੋਇਆ, ਪਲੀਜ਼ ਥੱਲੇ ਕਮੈਂਟ ਕਰ ਦਿਓ, ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਆਨਸਰ ਜ਼ਰੂਰ ਕਰੂੰਗੀ, ਜਿਵੇਂ ਹਮੇਸ਼ਾ ਕਰਦੀ ਹਾਂ। ਅਤੇ ਇਸ ਚੈਨਲ ਨੂੰ ਪਲੀਜ਼ ਲਾਈਕ ਕਰ ਦਿਓ, ਇਸ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਤੁਹਾਡੇ ਫਰੈਂਡਸ ਨਾਲ, ਅਤੇ ਸਬਸਕ੍ਰਾਈਬ ਕਰ ਦਿਓ। ਮੈਂ ਆਲਮੋਸਟ ਮੇਰੇ 1000 ਸਬਸਕ੍ਰਾਈਬਰ ਹੋਣ ਵਾਲੇ ਆ, ਸਾਰੇ ਮੈਂ ਲੋਕਾਂ ਨੂੰ ਵੇਖਦੀ ਹਾਂ ਕਿੰਨੇ ਵਧੀਆ, ਥੋੜ੍ਹੀ ਜਿਹੀ ਵੀਡੀਓ ਜਿਹਾ ਪਾ ਕੇ ਸਾਰਿਆਂ ਦੇ ਵਧੀਆ ਵੱਡੇ ਵੱਡੇ ਬਹੁਤ ਸਾਰੇ ਸਬਸਕ੍ਰਾਈਬਰ ਹੋ ਜਾਂਦੇ ਆ, ਪਰ ਮੇਰਾ ਬਹੁਤ ਸਲੋ ਕੰਮ ਚੱਲ ਰਿਹਾ, ਅਤੇ ਮੈਨੂੰ ਕੋਈ ਲਾਲਚ ਵੀ ਨਹੀਂ ਹੈਗਾ ਵੀ ਮੇਰੇ ਬਹੁਤ ਸਾਰੇ ਸਬਸਕ੍ਰਾਈਬਰ ਹੋਣ, ਹੈ ਨਾ। ਪਰ ਮੈਨੂੰ ਇੱਦਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਮੇਰੀ ਵੀਡੀਓ ਜ਼ਿਆਦਾ, ਕਿਤੇ ਨਾ ਕਿਤੇ ਕੋਈ ਕਮੀ ਤਾਂ ਨਹੀਂ, ਅਤੇ ਥੱਲੇ ਤੁਸੀਂ ਕਮੈਂਟ ਕਰੋ, ਅਤੇ ਪਰ ਮੈਨੂੰ ਸਾਰੇ ਜਣੇ ਤੁਸੀਂ ਬਹੁਤ ਅੱਛੇ ਹੋ, ਹੈ ਨਾ, ਕਿੰਨੇ ਵਧੀਆ ਵਧੀਆ ਮੈਨੂੰ ਕਮੈਂਟ ਕਰਦੇ ਹੋ, ਮੈਨੂੰ ਈਵਨ ਪਰਸਨਲ ਮੈਸੇਜਸ ਵੀ ਆਉਂਦੇ ਆ, ਵਧੀਆ ਵਧੀਆ ਤੁਹਾਡੇ ਲਿਖ ਕੇ ਤੁਸੀਂ ਮੈਨੂੰ ਭੇਜਦੇ ਹੋ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ, ਅਤੇ ਆ ਤੁਹਾਨੂੰ ਮਿਲਦੀ ਹਾਂ ਮੈਂ ਅਗਲੀ ਵੀਡੀਓ ਦੇ ਵਿੱਚ।